टर्म टीका एदा मफेंटन साल्टा ए बड़ा घातक टीका है। ए यूज कितने होंदा जदों हस्पताल दे विच ऑपरेशन होंदा मरीज दा उहदी रीढ़ दी हड्डी विच टीका लगदा उहनूं स्पाइनल कहिंदे आ। उहदे नाल हेठला हिस्सा सुन्न होंदा उहदे नाल अपना बीपी घटदा। उदों टर्म नूं अद्धा एमएल लैके 5 एमएल सलाइन डिलूट करके अद्धा एमएल लाया जांदा आई वी नाड़ दे विच कि जिहड़ा ब्लड 90-60 ਉਹ 120-90 ਤੇ ਆ ਜੇ ਤੇ ਅੱਜ ਆਪਣੇ ਪਲੇਅਰ ਇੱਕ ਟੂਰਨਾਮੈਂਟ ਤੇ ਇੱਕ ਬੈਲ ਲਾਉਂਦਾ 10 ਐਮਐਲ ਦੀ ਬੈਲ ਆ ਤਾਂ ਦੇਖ ਲਓ ਕਿੱਥੇ ਗੱਲ ਜਾਣੀ ਆ। ਇਹਦੇ ਨਤੀਜੇ ਅੱਜ ਨਹੀਂ ਆਉਣੇ। ਅੱਜ ਆਪਾਂ ਯੰਗ ਆ ਆਪਣੀ 24 ਸਾਲ ਮੇਰੀ ਉਮਰ ਆ ਬਾਈ ਹੁਣ 30 ਸਾਲ ਉਮਰ ਹੋਣੀ ਆ 30-40 ਸਾਲ ਦੇ ਬੱਚੇ ਦਾ ਨਤੀਜਾ ਮਿਲਣਾ ਹੀ ਆਪਾਂ ਨੂੰ ਆ। ਅੱਜ ਤਾਂ ਆਪਾਂ ਇਹਨਾਂ ਬਿਮਾਰੀਆਂ ਲੜਨ ਦੀ ਸਮਰੱਥਾ ਹੈਗੀ ਆ ਆਪਾਂ ਨੂੰ ਬਰਦਾਸ਼ਤ ਕਰੀ ਜਾਂਦੇ ਆ ਜਦੋਂ ਉਮਰ ਵਧਣੀ ਆ। ਅੱਜ ਕੱਲ ਆਪਣੇ ਨਾਮੀ ਪਲੇਅਰ ਅਟੈਕ ਨਾਲ ਮੌਤਾਂ ਹੋਣ ਲੱਗ ਗਈਆਂ। ਇਹ ਸਭ ਤੋਂ ਵੱਡਾ ਗੰਭੀਰ ਮੁੱਦਾ ਵਾ। ਮੈਂ ਫੈਡਰੇਸ਼ਨਾਂ ਨੂੰ ਦੋਨਾਂ ਨੂੰ ਇਹੀ ਬੇਨਤੀ ਕਰਦਾ ਸਰਦਾਰ ਸੋਲਜਰ ਸਿੰਘ ਚੱਠਾਲੀ ਨੂੰ, ਮੱਖਣ ਸਿੰਘ ਧਾਲੀਵਾਲ ਜੀ ਨੂੰ, ਪੰਜਾਬ ਗੌਰਮੈਂਟ ਤੋਂ ਉਹਨਾਂ ਨੂੰ ਚਿੱਠੀਆਂ ਲੈ ਕੇ ਉਹਨਾਂ ਨੂੰ ਬੇਨਤੀ ਕਰਕੇ ਟਰਮਲ ਟੀਕਾ ਜਿਹਦਾ ਮਫੈਂਟਨ ਸਾਲਟਾ ਉਹਨੂੰ ਪੰਜਾਬ ਦੇ ਮੈਡੀਕਲ ਸਟੋਰਾਂ ਤੇ ਬੰਦ ਕਰਵਾਇਆ ਜਾਵੇ ਤਾਂ ਜੋ ਜਿਹੜਾ ਸਾਡਾ ਆਮ ਪਲੇਅਰ ਆ ਉਹਨੂੰ ਖਰੀਦ ਨਾ ਸਕੇ। 2007 ਦੇ ਅਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ, ਉਸ ਟਾਈਮ 180 ਰੁਪਏ ਦੇ ਟਰਮਰ ਸੀਗਾ ਜਿਹੜਾ ਅੱਜ ਉਹਦੀ ਆਮਦ ਵੱਧ ਗਈ, ਲੱਗਣਾ ਵੱਧ ਹੋ ਗਿਆ, ਉਹਦੀ ਕੀਮਤ 400 ਰੁਪਏ ਬਲੈਕ 'ਚ ਮਿਲਦਾ। ਕਈ ਪਲੇਅਰ ਜਿਵੇਂ ਮੈਂ ਹਸਪਤਾਲ 'ਚ ਨੌਕਰੀ ਕਰਦਾ ਮੈਨੂੰ ਫੋਨ ਕਰਨ ਲਈ ਯਾਰ ਚੱਲੇ ਸਾਨੂੰ ਇੱਕ ਬੈਲ ਲਿਆ ਦੀ ਸਰਫ, ਵੱਡਾ ਟੂਰਨਾਮੈਂਟ ਆ ਲਾ ਕੇ ਇਹਦਾ ਮਿਲ ਨਹੀਂ ਰਿਹਾ, 500 ਦਾ ਮਿਲਦਾ ਮਿਲਦਾ ਵੀ ਸਰਫ ਆਪਰੇਸ਼ਨ ਥੀਏਟਰ 'ਚ ਹੀ ਲੱਗਦਾ ਉਹ, ਜਾਂ ਕਿੱਦਾਂ ਕਿ ਅਸੀਂ ICU ਆ ਉੱਥੋਂ ਲੱਗਦਾ ਵਾ ਉਹ ਵੀ ਮੀਟਰ 'ਚ ਦੇਖ ਕੇ ਲੱਗਦਾ ਯਾਰ ਇਹਦਾ ਕਦੇ ਬਲੱਡ ਪ੍ਰੈਸ਼ਰ ਵੱਧ ਨਾ ਜਾਵੇ। ਅੱਗੇ ਆਪਣੇ ਪਲੇਅਰ ਅੱਜ ਤੋਂ 3 ਸਾਲ ਪਹਿਲਾਂ ਪੂਰੇ ਦੇ IM ਲਾਉਂਦੇ ਸੀਗੇ, ਉਹਦਾ ਹੌਲੀ ਹੌਲੀ ਅਸਰ ਹੁੰਦਾ, ਮੰਨ ਲਓ ਕਹਿ ਲਈਏ ਆਪਾਂ 200 ਤੇ BP ਵੱਧ ਗਿਆ, ਉਹ 'ਚ ਕੋਈ ਨਸ਼ਾ ਤਾਂ ਹੈ ਨਹੀਂ ਗਾ, ਇੱਕ ਬਲੱਡ ਪ੍ਰੈਸ਼ਰ ਵੱਧ ਗਿਆ ਆਪਣੇ ਜੋ ਲੜਨ ਦੀ ਸਮਰੱਥਾ ਵੱਧ ਜਾਂਦੀ ਆ, ਡਰੱਗ ਤਾਂ 1% ਵੀ ਹੈ ਨਹੀਂ ਗੀ ਪਰ ਉਹਦਾ ਨੁਕਸਾਨ ਜ਼ਿਆਦਾ ਆ। ਆਪਾਂ ਅੱਜ ਆਪ ਹੀ BP ਵਧਾਈ ਜਾਂਦੇ ਹਾਂ, ਕੱਲ ਨੂੰ ਆਪਣਾ BP ਢਿੱਗਣਾ ਸ਼ੁਰੂ ਹੋ ਜਾਣਾ ਵਾ। ਇਹ ਵੱਡਾ ਗੰਭੀਰ ਮੁੱਦਾ। ਅੱਜ ਕਈ ਨੌਜਵਾਨ ਨਾੜ ਦੇ ਵਿੱਚ 3-3 ਐਮਐਲ ਲਾ ਲੈਂਦੇ ਆ ਇੱਕ ਟੂਰਨਾਮੈਂਟ ਤੇ, ਤਾਂ ਤੁਸੀਂ ਦੇਖ ਲਓ BP ਚੈੱਕ ਕਰਵਾ ਲਓ ਕਿਸੇ ਪਲੇਅਰ ਦਾ ਟੂਰਨਾਮੈਂਟ ਤੇ, ਸਾਰੇ ਨੂੰ ਹੀ ਕਹਿੰਦੇ ਕੁਝ ਪਲੇਅਰ ਕਰਕੇ ਦੇਖਿਓ 260 ਦਾ ਹੀ 180 BP ਹੋਊਗਾ ਜਿਹੜੇ ਪਲੇਅਰ ਲਾਉਂਦੇ।